ਆ ਜੀ ਆ ਜੀ ਜੋਤੀ ਸਾਹਿਬ ਆ ਜੀ ਆ ਗਿਆ ਕੁੜੀ ਇਹ ਦੇਖੋ ਇਹ ਮੈਂ ਤੁਹਾਡੇ ਵਾਸਤੇ ਨਾ ਕਿਆਸਾ ਬਿਸਤਰਾ ਸੈੱਟ ਕਰਕੇ ਰੱਖਿਆ ਹੈ। ਅੱਛਾ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰ੍ਹਾਂ ਦੀ ਐਕਟਿੰਗ ਕਰਨੀ ਠੀਕ ਹੈ ਤੇ ਤਾਂ ਕਿ ਲੋਕਾਂ ਨੂੰ ਵੇਖਣ ਵਾਲੇ ਨੂੰ ਇਹ ਪਤਾ ਲੱਗ ਜਾਏ ਕਿ ਤੁਸੀਂ ਬਸ ਮਰਨ ਵਾਲੇ ਜੀ। ਅੱਛਾ ਹਾਂ ਤੇ ਹੁਣ ਇਹ ਤੁਸੀਂ ਇਹ ਠਹਿਰ ਜਾ ਕੁੜੀ ਇਹ ਇਹ ਦੇਖ ਤੁਹਾਨੂੰ ਕਿੱਡੇ ਸ਼ੌਕ ਚੜੇ ਹੋਏ ਨੇ ਮਰਨ ਦੇ। ਮੈਨੂੰ ਤੂੰ ਇਹ ਦੱਸ ਕੇ ਮੈਂ ਫਿੱਟ ਆ ਗਿਆ ਉਹ ਬਿਲਕੁਲ ਫਿੱਟ ਆ ਗਿਆ ਜੇ ਲੇਕਿਨ ਹੁਣ ਤੁਸੀਂ ਜੋ ਮੈਂ ਕਹਿਣਾ ਉਹ ਕਰਨਾ ਜੇ ਤਾਂ ਕਿ ਵੇਖਣ ਵਾਲਿਆਂ ਨੂੰ ਪਤਾ ਕਨਫਰਮ ਲੱਗ ਜਾਣਾ ਚਾਹੀਦਾ ਕਿ ਤੁਸੀਂ ਬਸ ਚੰਦ ਮਿੰਟ ਦੇ ਮਹਿਮਾਨ ਹੈਗੇ ਜੇ ਠੀਕ ਹੈ ਨਾ ਠੀਕ ਤੇ ਬਸ ਤੁਸੀਂ ਹੁਣ ਸ਼ੁਰੂ ਕਰ ਦਿਓ ਹਾਏ ਹਾਏ ਕਰਨੀ ਸ਼ੁਰੂ ਕਰ ਦਿਓ। ਹਾਂ ਚੌਧਰੀ ਸਾਹਿਬ ਤੁਸੀਂ ਔਰਤਾਂ ਵਾਲੀ ਹਾਏ 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 ਸ਼ੁਰੂ ਕਰ ਦਿੱਤੀ ਹੈ ਇੱਕ ਜ਼ਰਾ ਮਰਦਾਂ ਵਾਲੀ ਆਵਾਜ਼ ਕੱਢੋ। ਅੱਛਾ ਹਾਂ ਤਾਂ ਕਿ ਪਤਾ ਲੱਗਣਾ ਚਾਹੀਦਾ ਕਿ ਬਸ ਤੁਸੀਂ ਚੰਦ ਮਿੰਟ ਦੇ ਮਹਿਮਾਨ ਹੈਗੇ ਜੀ। ਤੇਰਾ ਮਤਲਬ ਹੈ ਕਿ ਮਰਦਾਂ ਵਾਲੀ ਭਾਰੀ ਆਵਾਜ਼ ਭਾਰੀ ਤੇ ਨਹੀਂ ਐਕਸਪ੍ਰੈਸ਼ਨ ਵਾਲੀ ਫੀਲਿੰਗ ਵਾਲੀ ਔਰ ਨਾ ਕਰੋ ਚੌਧਰੀ ਸਾਹਿਬ ਕੀ ਹੋ ਗਿਆ ਜੀ ਮੇਰੀ ਵੀ ਤੂੰ ਸੁਣ ਲਿਆ ਕਰੋ ਮਲਕੁਲ ਮੌਤ ਧੋਖਾ ਹੀ ਨਾ ਖਾ ਜਾਏ ਸੱਚੀ ਐਕਟਿੰਗ ਤੇ ਅੱਲਾ ਕਰੇ ਅੱਲਾ ਕਰੇ ਕਿਸੇ ਤਰ੍ਹਾਂ ਲੇਕਿਨ ਤੁਸੀਂ ਮੈਨੂੰ ਗੱਲਾਂ ਦੇ ਵਿੱਚ ਨਾ ਲਾਓ ਤੇ ਤੁਸੀਂ ਆਪਣੀ ਐਕਟਿੰਗ ਵੱਲ ਧਿਆਨ ਦਿਓ ਤੇਰੀ ਖਾਤਰ ਮੈਂ ਆਪਣਾ ਅੰਦਰ ਪੇਟਾ ਪੜਵਾ ਲਵਾਂ ਹੋਰ ਕਿੰਨੀ ਉੱਚੀ ਹਾਏ ਕਰਾਂ ਦੇਖ ਲਓ ਤੁਸੀਂ ਨਹੀਂ ਚਾਹੁੰਦੇ ਪਏ ਨਾ ਤੁਸੀਂ ਨਹੀਂ ਚਾਹੁੰਦੇ ਕਿ ਰਿਸ਼ਤਾ ਹੋ ਜਾਵੇ ਨਹੀਂ ਹੁਣ ਚਾਹਨਾ ਵਾ ਚਾਹਦੇ ਹੋ ਨਾ ਤੇ ਬਸ ਫਿਰ ਜ਼ਰਾ ਥੋੜੀ ਜਿਹੀ ਹੋਰ ਆਵਾਜ਼ਾਂ ਕੱਢੋ ਤੁਹਾਨੂੰ ਇਹ ਪਤਾ ਹੈ ਕਿ ਤੁਹਾਡੀ ਇਸ ਬਿਮਾਰੀ ਦਾ ਮੈਂ ਲੋਕਾਂ ਨੂੰ ਵੀ ਦੱਸ ਆਈਆਂ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਦੱਸ ਆਈਆਂ ਤੁਹਾਡੇ ਸਾਰੇ ਮਿਲਣ ਵਾਲਿਆਂ ਨੂੰ ਵੀ ਮੈਂ ਦੱਸ ਆਈਆਂ ਕਿ ਬਸ ਇਹ ਤਾਂ ਬਸ ਹੁਣ ਮਰਨ ਵਾਲੇ ਨੇ ਫੌਰਨ ਆ ਕੇ ਮੁਲਾਕਾਤ ਕਰ ਲਵੋ ਇਹਨਾਂ ਕੱਲ ਤੋਂ ਰਾਤ ਦਾ ਵੀ ਟਾਈਮ ਹੈਗਾ ਸਿਰਫ ਦੁਪਹਿਰ ਦਾ ਟਾਈਮ ਹੈਗਾ ਇਹਦਾ ਮਤਲਬ ਮੇਰੇ ਸਾਰੇ ਆਲ ਦੁਆਲ ਰਿਸ਼ਤੇਦਾਰਾਂ ਨੂੰ ਮੇਰੇ ਮਰਨ ਦੀ ਇਤਲਾਹ ਦੇ ਦਿੱਤੀ ਪੱਕੀ ਪੱਕੀ ਹਾਂ ਉਹਨਾਂ ਨੇ ਮੈਂ ਕਿਹਾ ਫੌਰਨ ਆ ਜਾਓ ਇਹ ਗੱਲ ਸੁਣ ਮੇਰੀ ਕੁੜੀ ਉਹ ਮੇਰੀ ਗੱਲ ਸੁਣ ਇਹ ਦੇਖ ਮੈਂ ਤੇਰੇ ਅੱਗੇ ਹੱਥ ਬੰਨਣਾ ਹੋਰ ਮੇਰੇ ਰਿਸ਼ਤੇਦਾਰਾਂ ਚ ਭਾਵੇਂ ਕੋਈ ਆਵੇ ਨਾ ਆਵੇ ਬਸ ਮੇਰੀਆਂ ਦੋ ਲਾਡਲੀਆਂ ਭੈਣਾਂ ਦੇ ਮੇਰੇ ਦੋ ਲਾਡਲੇ ਪਾਂਜੇ ਜ਼ਰੂਰ ਆਣੇ ਚਾਹੀਦੇ ਨੇ ਉਹਨਾਂ ਨੂੰ ਮੈਂ ਖਾਸ ਤੌਰ ਤੇ ਕਹਿ ਕੇ ਆਈ ਆਂ ਪਰ ਹੁਣ ਤੁਹਾਡੀ ਐਕਟਿੰਗ ਤੇ ਹੁੰਦਾ ਹੈ ਕਿਲੇਬੀ ਉਹ ਅਮਰ ਔਰ ਫੌਰਨ ਰਿਸ਼ਤਿਆਂ ਵਾਸਤੇ ਹਾਂ ਕਰਦੇ ਠੀਕ ਤੁਹਾਡੀ ਬਸ ਐਕਟਿੰਗ ਭਰਪੂਰ ਹੋਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਨਾ ਫਿਲਮਾਂ ਵਾਲੀ ਐਕਟਿੰਗ ਕਰਨੀ ਮੈਂ ਸੱਚਮੁੱਚ ਦੀ ਨਹੀਂ ਕਿ ਤੇਰੇ ਮਲਕੁਲ ਮੌਤ ਆ ਹਾਂ ਬਸ ਕਰ ਜਾਓ ਤੁਹਾਨੂੰ ਮੈਂ ਕਹਿ ਕਹਿ ਕੇ ਥੱਕ ਗਈ ਆ ਲੇਕਿਨ ਤੁਹਾਡੀ ਹਾਏ ਹਾਏ ਜਿਹੜੀ ਇਹਨਾਂ ਵਿੱਚ ਰੁਕ ਜਾਂਦੀ ਹੈ ਹਾਏ ਰੱਖੋ ਹਾਏ ਫੇਰ ਹਾਏ ਫੇਰ ਹਾਏ ਹਾਂ ਹਾਏ ਹਾਏ ਆਏ ਹੋਰ ਕੁਛ ਬਿਹਤਰ ਹੋਈਏ ਮੇਰਾ ਖਿਆਲ ਹੈ ਕਿਸੇ ਵਕਤ ਵੀ ਆ ਜਾਣੇ ਜੇ ਤੇ ਤੁਹਾਡੀ ਹਾਏ ਹਾਏ ਮੈਂ ਮਰ ਗਿਆ ਭੁੱਲ ਜਾਂਦੇ ਜੇ ਓ ਮੈਂ ਮਰ ਗਿਆ ਆਏ ਜਿਸ ਤਰ੍ਹਾਂ ਜੇ ਤੁਸੀਂ ਹਾਏ ਕਰਦੇ ਪਏ ਜੇ ਨਾ ਇਹਨਾਂ ਦਾ ਸਿਰਫ ਛੋਟੀ ਦਾ ਰਿਸ਼ਤਾ ਹੋਣਾ ਜੇ ਵੱਡੀ ਦਾ ਰਿਸ਼ਤਾ ਫੇਰ ਰਹਿ ਜਾਣਾ ਜੇ ਜਰਾ ਹਾਏ ਹਾਏ ਹੋਰ ਕੀ ਕਰੋ ਆਏ ਹੁਣ ਠੀਕ ਹੈ ਹਾਂ ਹੁਣ ਹੋ ਜਾਏਗਾ ਮੈਂ ਤਾਂ ਪਤਾ ਹੈ ਮੌਲਵੀ ਦਾ ਵੀ ਇੰਤਜ਼ਾਮ ਕਰ ਲਿਆ ਹੈ ਕਿ ਤੁਹਾਡੀ ਅਸੀਂ ਫੁੜਕਣਾ ਹੈ ਇੱਧਰ ਤੁਹਾਡੇ ਕੁੱਲ ਪੜਾ ਦੇਣੇ ਤੇ ਉੱਧਰ ਮੈਂ ਉਹਨਾਂ ਦਾ ਨਿਕਾਹ ਪੜਾ ਦੇਣਾ ਬਸ ਹੁਣ ਤਾਂ ਸੱਚੀ ਮੱਚੀ ਆ ਗਏ ਜੇ ਲੱਪੇ ਪਾ ਲੱਪੇ ਪਾ ਲੱਪੇ ਪਾ ਲੱਪੇ ਪਾ ਲੱਪੇ ਪਾ ਆਏ 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 ਤੁਸੀਂ ਆਪਣੀਆਂ ਕਿਹੜੀ ਮੂੰਗਫਲੀਆਂ ਲਾ ਲਈਆਂ ਹੈਗੀਆਂ ਜੀ ਇਹ ਮੈਂ ਮੈਨੂੰ ਕਰ ਲੈਂਦੇ ਹੋ ਇੱਕੋ ਹੀ ਰਹਿ ਗਿਆ ਜੇ ਲਾਲ ਲਾਲ ਜੇ ਲੈ ਜਾ ਜਿੰਦੇ ਨਸੀਬ ਦੇ ਵਿੱਚ ਹੈਗਾ ਜੇ ਬੇਕਾਰ ਜੇ ਬੇਕਾਰ ਹਾਏ 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 ਫੇਰ ਨਹੀਂ ਆਏ 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 ਓ ਭਈਆ ਉਹ ਲੱਗਦਾ ਇਹੋ ਹੀ ਮਾਮੇ ਦਾ ਘਰ ਹੀ ਆ ਗਏ ਆ ਗਏ ਆ ਗਏ ਆ ਗਏ
ਤੂੰ ਇੰਜ ਖੁਸ਼ ਹੋਣ ਡਈ ਜੇ ਹੋਰੇ ਕੋਈ ਜੰਜ ਆ ਗਈ ਹੈ? ਜੰਜ ਵਾਸਤੇ ਤਾਂ ਬੁਲਾਏ ਹੈਗੇ ਨੇ, ਤੁਸੀਂ ਮਰ ਜਾਓ ਫੌਰਨ ਤੋਂ ਪਹਿਲੇ, ਮੈਂ ਜਾਂ ਜਗ੍ਹਾ ਖਾਲੀ ਕਰ ਲਵਾਂ, ਸਾਡੇ ਬੈਨ ਵੀ ਤਾਂ ਪਾਰੇ ਗਏ ਨੇ। ਇਹ ਗੱਲ ਠੱਜ ਮੈਨੂੰ ਮਰ ਲੈਂਦੇ ਮਰ ਲੈਂਦੇ। ਇਹ ਐ ਮੈਂ ਮਰ ਗਿਆ, ਅੱਲਾ ਦਾ ਕਿਆਸਾ ਕਰਨਾ, ਅਜੇ ਵੀ ਨੂਰ ਨਹੀਂ ਆਇਆ। ਅਜੇ ਵੀ ਨੂਰ ਨਹੀਂ ਆਇਆ ਤੇ ਫਿਰ ਫਿਲਮ ਸਟਾਰ ਨੂਰ ਨੂੰ ਬੁਲਾ ਲਿਆ। ਇਹ ਮੈਂ ਮਰ ਗਿਆ, ਮਰ ਗਿਆ। ਚੁੱਪ ਕਰਕੇ ਪੈ ਜਾਓ, ਚੁੱਪ ਕਰਕੇ ਪੈ ਜਾਓ, ਚੁੱਪ ਕਰਕੇ। ਇਹ ਠਹਿਰ ਜਾਓ ਮੈਨੂੰ ਜਗ੍ਹਾ ਬਣਾ ਲੈਂਦੇ ਹੋ, ਠਹਿਰ ਜਾਓ। ਓ ਮਾਮਾ ਮਰਿਆ ਤੇ ਮਿਲਣ ਵਧਾਈਆਂ, ਮਾਮਾ ਮਰਿਆ। ਮਾਮਾ ਮਰਿਆ ਤੇ ਨੌ ਮਣ ਰੇਤ ਭਿੱਜ ਗਈ, ਮਾਮਾ ਮਰਿਆ। ਪਿਛਲੀ ਵਾਰੀ ਮੈਂ ਮਾਮੇ ਨੂੰ ਫਿਲਮ ਵਹਾਈ, ਉਹ ਐਤਕੀ ਮਾਮੇ ਦੀ ਵਾਰੀ ਸੀ, ਪਹਿਲਾਂ ਹੀ ਮਰ ਗਈ ਮੈਂ ਜਾਣਾ ਮਾਮੇ ਨਾਲ, ਮਾਮਾ ਮੈਂ ਜਾਣਾ ਤੇਰੇ ਨਾਲ ਮਾਮਾ। ਉਹ ਸਬਰ ਕਰ ਲੈ, ਉਹ ਪਹਿਲੇ ਜਾ ਕੇ ਮਾਮੇ ਨੂੰ ਸੈੱਟ ਹੋ ਲੈਂਦੇ, ਫਿਰ ਮਗਰ ਹੀ ਚਲਾ ਜਾਈ। ਹੌਸਲਾ ਨੀ ਹੁੰਦਾ ਐਵੇਂ, ਓਏ ਸੀ ਇਹਦੇ ਖਾਲਸ ਅਰਕੇ ਗੁਲਾਮ, ਕਫਰ ਓਏ ਕੜੇ, ਓਏ ਸਾਰਾ ਦਫਨਾਨ ਦਾ ਇੰਤਜ਼ਾਮ ਕਰਕੇ ਆਇਆ ਸੀ। ਮਗਰੇ ਮਗਰੇ ਉਹ ਮੁਰਦੇ ਨਵਾਉਣ ਵਾਲਾ ਵੀ ਆ ਰਿਹਾ ਪਿੱਛੇ, ਆਂਡੇ ਆਂਡੇ ਮੁਰਦੇ ਨਵਾਉਣ ਵਾਲਾ ਵੀ। ਮਰ ਜਾ ਇੱਥੇ, ਮੈਂ ਤੈਨੂੰ ਕਵਾਂ ਅਸੀਂ ਸਾਰੇ ਪਿੰਡ ਦੱਸ ਕੇ ਮਾਮਾ ਮਰ ਗਿਆ, ਇਹ ਸਾਨੂੰ ਪਿੰਡ ਬਿਸਤਕ ਰਹਿਣਾ। ਮਰ ਜਾ ਜਿਉਂਦਾ ਮਾਮਾ ਅਜੇ? ਨਹੀਂ ਨਹੀਂ ਨਹੀਂ, ਇਹ ਤਾਂ ਕਿਦੋਂ ਦਾ ਮਰ ਗਿਆ, ਬਸ ਐਵੇਂ ਥੋੜੀ ਦੇਰ ਬਸ ਰਿਵਰਸ ਦੁਬਾਰਾ ਲੈਣ ਲੱਗ ਪਿਆ ਹੈਗਾ, ਪਰ ਤੁਸੀਂ ਹੌਸਲੇ ਦਾ ਦਮ ਨਹੀਂ ਛੱਡਣਾ। ਉਹ ਸ਼ਹਿਰ ਚ ਸਾਹ ਵੀ ਆ ਜਾਂਦੇ, ਉਹ ਮੈਂ ਤੇ ਸ਼ਹਿਰ ਚ ਹੀ ਆ ਕੇ ਭਰਾਂਗਾ ਜੀ, ਉਹ ਰਿਵਰਸ ਗੇਅਰ ਲੱਗ ਜਾਗਾ ਥੋੜਾ ਜਿਹਾ। ਕੱਲਾ ਚਲਾ ਗਿਆ ਮਾਮਿਆ, ਤੂੰ ਤੇ ਕਹਿੰਦਾ ਤਾਂ ਇਕੱਠੇ ਜੀਆਂਗੇ ਇਕੱਠੇ ਮਰਾਂਗੇ, ਉਹ ਤੂੰ ਕੱਲਾ ਹੀ ਚਲਾ ਗਿਆ ਮਾਮਾ, ਚੰਗਾ ਹੀ ਕੀਤਾ ਜੀ। ਇੱਕ ਬਹੁਤਾ ਹੀ ਨਹੀਂ ਰਿਵਰਸ ਗੇਅਰ ਲੱਗਣ ਡਿਆ ਮੇਰੇ। ਨਹੀਂ ਨਹੀਂ, ਤੁਹਾਡੇ ਆਉਣ ਦੀ ਖੁਸ਼ੀ ਦੇ ਵਿੱਚ ਨਾ ਮੈਨੂੰ ਲੱਗਦਾ ਅੱਲਾਹ ਤਾਲਾ ਨੇ ਉਹਨਾਂ ਨੂੰ ਸਾਫ ਬਖਸ਼ਣੇ ਸ਼ੁਰੂ ਕਰ ਦਿੱਤੇ ਨੇ। ਮੇਰੇ ਪੰਜ ਆ ਗਏ, ਘੜਿਆਂ ਦਾ ਬੋਝ ਤੇ ਲਾ, ਉਸ ਵੇਲੇ ਦਾ ਚੁੱਕੇ ਬੈਠਾ ਮਾਂ ਸੋਨੀ ਦੇ ਘੜੇ ਤੋਂ ਚੁੱਕ ਲਿਆ। ਉਹ ਮਾਮਾ ਉਹ ਜੁੱਤੀ ਪਾ ਕੇ ਮਰਨ ਡਿਆ ਸਾ, ਉਹ ਤੂੰ ਕਿਤੇ ਸੈਰ ਕਰਨ ਜਾਣਾ ਸੀ? ਹਾਏ ਕਿੱਡੇ ਖੁਸ਼ਕਿਸਮਤ ਜੇ ਤੁਸੀਂ ਆਏ ਤੇ ਤੁਹਾਡੇ ਮਾਮੇ ਦੇ ਸਾਹ ਵਾਪਸ ਆ ਗਏ ਨੇ। ਉੱਥੋਂ ਕਰ ਸਾਹ ਆ ਗਏ ਨੇ, ਉਹ ਜਿਹੜੀਆਂ ਸੀ ਰਕਮਾਂ ਲਾਈਆਂ ਉਹ ਕਿੱਧਰ ਜਾਣਗੀਆਂ? ਉਹ ਮਾਮਾ ਮਾਰ ਇੱਥੇ ਹਾਈ ਕਿਹੜੀਆਂ ਸਾਹ ਹੋ ਜਾਣਗੀਆਂ ਨੇ, ਤੁਹਾਡੇ ਕੰਮ ਆ ਜਾਣਗੀਆਂ। ਮੇਰਾ ਮਤਲਬ ਹੈ ਦੋ ਦਿਨ ਦੇ ਸਾਰੇ। ਮੈਂ ਤੁਹਾਨੂੰ ਨਸੀਹਤ ਕਰਨੀ ਹੈ ਕਾਕਾ, ਮੇਰੀ ਨਸੀਹਤ ਸੁਣ ਲਓ। ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ, ਕਿਸੇ ਕੁੜੀ ਦਾ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ, ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ।
ਮੇਰੇ ਦਮ ਦੀ ਗੱਲ ਹੋ ਗਈ ਸੀ। ਅੱਛਾ ਦੇਖੋ ਮਾਮਾ, ਛੇਤੀ ਤੁਸੀਂ ਤਾਂ ਘਰ ਲੈ ਕੇ ਫਰਿਸ਼ਤਾ ਲੈ ਆਈ ਨਾ ਜਾਵੇ, ਜਲਦੀ ਘਰ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਪੁੱਤਰ, ਤੁਸੀਂ ਉਹ ਮੇਰੀਆਂ ਦੋਨੋਂ ਲੁੱਡੀਆਂ ਤੇ ਲਾਡਲੀਆਂ ਭੈਣਾਂ ਦੇ ਪੁੱਤਰ, ਇਹ ਨਿੱਕਾ ਤੇ ਤੂੰ ਵੱਡਾ। ਮੇਰੀ ਇਹ ਖਾਹਿਸ਼ ਹੈ ਕਿ ਮਰਨ ਤੋਂ ਪਹਿਲੇ ਪਹਿਲੇ ਮੈਂ ਆਪਣੇ ਆਖਰੀ ਸਾਹਾਂ ਦੇ ਵੀ ਤੁਹਾਡੇ ਫੈਸਲੇ ਕਰ ਜਾਵਾਂ। ਤੂੰ ਮੇਰੀ ਨਿੱਕੀ ਧੀ ਨਾਲ ਵਿਆਹ ਕਰ ਲੈ ਮੇਰਾ ਬੱਚਾ, ਤੇ ਤੂੰ ਤੂੰ ਮੇਰੀ ਲਾਡਲੀ ਤੇ ਵੱਡੀ ਭੈਣ ਦਾ ਪੁੱਤਰ ਤੇ ਤੂੰ ਵੱਡੀ ਨਾਲ ਵਿਆਹ ਕਰ। ਮੈਨੂੰ ਮਨਜ਼ੂਰ ਹੈ, ਚੱਲ ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ। ਉਹ ਗੱਲ ਸੁਣੋ ਮੇਰੀ, ਇਹਨੂੰ ਤੇ ਮਨਜ਼ੂਰ ਆ, ਪਰ ਮੈਂ ਜਿਹੜਾ ਵੱਡੀ ਵਾਲਾ ਚੱਕਰ ਹੈ ਨਾ, ਮੈਨੂੰ ਕੋਈ ਨੀ ਜੇ ਮਨਜ਼ੂਰ। ਆਏ ਹਾਏ, ਮੈਨੂੰ ਪਤਾ ਹੈ ਉਹ ਮਾਰਦੀ ਹੈ ਨਾ, ਤੇ ਦੋਵੇਂ ਭਰਾ ਮਿਲ ਕੇ ਮਾਰ ਖਾ ਲੈਣਾ ਕਰਨਾ। ਵਾਹ, ਅਸੀਂ ਇੱਥੇ ਵਿਆਹ ਕਰਾਉਣ ਆਣਾ ਕਿ ਮਾਰ ਖਾਣ ਆਣਾ? ਉਹ ਮੈਨੂੰ ਕੋਈ ਨੀ, ਮਾਮਾ ਮਨਜ਼ੂਰ। ਬਸ ਤੁਸੀਂ ਤਾਂ ਮੈਨੂੰ ਬੜਾ ਕਹਿ ਰਹੇ ਸੀ ਕਿ ਮੇਰੀ ਭੈਣ ਦੇ ਬੱਚੇ ਨੇ, ਇਹ ਤਾਂ ਕਿਸੇ ਡੈਣ ਦੇ ਬੱਚੇ ਨੇ। ਉਹ ਮਾਮਾ ਇਹ ਕੌਣ ਹੀ ਐਡੀ ਤੇਜ਼, ਉਹ ਸਾਡੀਆਂ ਮਾਵਾਂ ਨੂੰ ਡੈਣ ਕਹਿਣ ਡਈ। ਚੱਲ ਛੱਡ ਪਰੇ, ਮੈਂ ਚੁੜੇਲ ਕਹਿ ਦੇਣੀ ਆ। ਨਹੀਂ ਨਹੀਂ, ਅੱਜ ਮੈਨੂੰ ਨਜ਼ਰ ਆ ਗਿਆ ਕਿ ਰਿਸ਼ਤਿਆਂ ਦੇ ਖੂਨ ਸਫੈਦ ਹੋ ਗਏ ਨੇ, ਅੱਜ ਮੈਨੂੰ ਨਜ਼ਰ ਵੀ ਆ ਗਿਆ ਕਿ ਰਿਸ਼ਤੇ ਖਤਮ ਹੋ ਗਏ ਨੇ, ਹੁਣ ਕੋਈ ਗੱਲ ਨਹੀਂ ਰਹਿ ਗਈ। ਵੇਖੋ ਤੁਹਾਡੇ ਮੂੰਹ ਦੇ ਉੱਤੇ ਉਹਨਾਂ ਨੇ ਨਾ ਕਰ ਦਿੱਤੀ ਹੈ, ਇਹਦੇ ਨਾਲੋਂ ਚੰਗਾ ਸੀ ਤੁਸੀਂ ਮਾਰੀ ਜਾਂਦੇ। ਕੱਟੇ 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 ਪਰ ਹਟੇ, ਸੁਣ ਲਿਆ? ਉਹ ਸੁਣ ਲਿਆ ਜੇ, ਮੈਨੂੰ ਸ਼ਰਮਿੰਦਾ ਕਰਾਤਾ ਜੇ ਕੁੜੀ ਦੇ ਹੱਥੋਂ, ਤੁਸੀਂ ਮੇਰੀਆਂ ਲਾਡਲੀਆਂ ਭੈਣਾਂ ਦੇ ਪੁੱਤਰ ਸੋ। ਕੋਈ ਗੱਲ ਨਹੀਂ, ਮੇਰਾ ਖਿਆਲ ਹੈ ਮੈਨੂੰ ਮਰ ਜਾਣਾ ਚਾਹੀਦਾ, ਤਾਂ ਕਿ ਮੇਰੀ ਰੂਹ ਜਿਸ ਵੇਲੇ ਮੇਰੇ ਜਿਸਮ ਤੋਂ ਪ੍ਰਵਾਸ ਕਰਕੇ ਮੇਰੀਆਂ ਭੈਣਾਂ ਨੂੰ ਜਾ ਕੇ ਮਿਲੇਗੀ, ਮੈਂ ਵੱਡੀ ਭੈਣ ਨੂੰ ਸ਼ਿਕਾਇਤ ਲਾਵਾਂਗਾ ਕਿ ਮੇਰੀ ਇਹ ਭੈਣ ਵੇਖ ਲੈ, ਤੇਰੇ ਪੁੱਤਰ ਨੇ ਮੇਰੀ ਧੀ ਨਾਲ ਵਿਆਹ ਨਾ ਕਰਕੇ ਮੈਨੂੰ ਸ਼ਰਮਿੰਦਾ ਕਰ ਦਿੱਤਾ। ਓ ਨਾ ਬਾਬਾ, ਉਹ ਤੁਹਾਡੀ ਮਾਂ ਸ਼ਿਕਾਇਤ ਨਾਲ ਆਈ, ਉਹ ਅੱਗੇ ਬੜੀ ਦੁਖੀ ਗਈ। ਉਹ ਮੈਨੂੰ ਮਨਜ਼ੂਰ ਹੀ ਬਾਬਾ, ਉਹ ਮੈਂ ਕਰ ਲੈਣ ਲਈ ਵਿਆਹ ਮਨਜ਼ੂਰ ਹੈ। ਮੁਬਾਰਕ ਹੋਵੇ ਕੁੜੀਏ, ਮੁਬਾਰਕ ਹੋਵੇ ਤੈਨੂੰ ਵੀ। ਚਲੋ ਚਲੋ, ਮੇਰੇ ਹੋ ਕੇ ਬਹੁਤ ਤੂੰ ਬੜੀ ਦੂਰ ਪੈਣ ਡਿਆ ਮੈਨੂੰ, ਮੁਬਾਰਕ ਮੇਰਾ ਪੁੱਤਰ। ਚਲੋ ਜੀ, ਮੁਬਾਰਕ ਹੋਵੇ, ਮੁਬਾਰਕ ਹੋਵੇ। ਹੁਣ ਤੂਤੀਆਂ ਦੇ ਬਾਜੇ ਮਾਰ, ਤੂਤੀਆਂ ਦੇ ਬਾਜੇ ਦਾ ਬੰਦੋਬਸਤ ਕਰ। ਅਲੁੱਡੀ ਹੇ ਜਮਲ ਪਾਲ ਡੀਹੇ ਜਮਲੋ, ਅਲੁੱਡੀ ਹੇ ਜਮਲ ਪਾਲ ਡੀਹੇ ਜਮਲੋ। ਉਹ ਨਹੀਂ ਪੈਣ ਡਈ ਲੁੱਡੀ, ਉਹ ਰਿਸ਼ਤਾ ਵੱਡੀ ਦਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਂਦੀ ਹੋ ਜਾਣਾ। ਮੈਂ ਮਾਰ ਨੀ ਖਾਲੀ, ਮੈਂ ਰੋਟੀ ਟੁੱਕਰ ਦੀ ਗੱਲ ਪੈ ਕਰਦਾ, ਦੀ ਗੱਲ ਕਰਨੀ ਪਈ ਹੈਗੀ ਆ। ਚੱਲ ਚੱਲ ਚੱਲ, ਕਿੱਧਰ ਮਾਮਾ? ਓਏ ਕੁੜੀਏ, ਤੈਨੂੰ ਬਹੁਤ ਬਹੁਤ ਮੁਬਾਰਕ ਹੋਵੇ, ਤੂੰ ਜ਼ਰਾ ਰੌਣਕ ਮੇਰਾ ਲਾ ਕੇ ਨਾ ਵਿਆਹ ਵਾਲੇ ਘਰ ਦਾ ਮਾਹੌਲ ਬਣਾ, ਤੇ ਮੈਂ ਨਿਕਾਹ ਖਾ ਲੈ ਕੇ ਤੇ ਹੁਣੇ ਹੀ ਆਇਆ। ਬਸ ਫਿਰ ਤੁਸੀਂ ਫਿਕਰ ਨਾ ਕਰੋ ਤੇ ਜਾਓ। ਜੰਜ ਟੁਰ ਪਈ ਜੇ ਆ ਨਾਲ, ਮੈਂ ਲੁੱਡੀਆਂ ਪਾਵਾਂ। ਲੋ ਵੀ ਲੋ, ਤੁਹਾਨੂੰ ਮੁਬਾਰਕ ਹੋਵੇ। ਹਾਏ ਮੇਰੇ ਜਵਾਈ, ਹੁਣ ਤੁਸੀਂ ਬਣ ਗਏ ਜਿਸ ਘਰ ਦੇ, ਤੇ ਇੱਧਰ ਬੈਠੋ, ਇੱਧਰ ਇੱਜ਼ਤ। ਹਾਂ, ਤੁਹਾਨੂੰ ਇੱਜ਼ਤ ਦਈਏ ਨਾ, ਉੱਠ ਜਾਏਗਾ। ਇਹ ਚੀਜ਼ਾਂ ਰੱਖ ਲੈ, ਮਾਮੇ ਨੇ ਮਰਨਾ ਵੀ, ਕੰਮ ਆਣਗੀਆਂ। ਹਾਂ ਮੈਂ ਸੰਭਾਲ ਲੈਣੀ। ਹਾਂ ਵੇ ਠੀਕ ਹੈ ਵੇ ਭਾਈ, ਉਹ ਵੀ ਇਹ ਘੜੇ ਵੀ ਰੱਖ ਲੈ, ਕਿਤੇ ਕਾਂਜੀ ਨਾ ਲਾ ਲਈ ਇਹਨਾਂ ਚ। ਵੇ ਚੁੱਪ ਕਰ ਜਾ ਵੇ, ਕਿੱਡੇ ਤੈਨੂੰ ਤੈਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜੀਆਂ ਕੁੜੀਆਂ ਦੇ ਨਾਲ ਤੁਹਾਡੇ ਵਿਆਹ ਹੋ ਰਹੇ ਨੇ ਨਾ, ਕਿੱਡੀਆਂ ਸੁਜੱਖੀਆਂ ਨੇ, ਕਿੱਡੀਆਂ ਸੋਹਣੀਆਂ ਨੇ। ਹਾਏ, ਤੁਹਾਡੀ ਇੰਨੀ ਖਿਦਮਤ ਕਰਨਗੇ ਕਿ ਤੁਸੀਂ ਖੁਸ਼ ਹੋ ਜਾਓਗੇ ਨਾ। ਚੱਲ ਮੈਂ ਸਿੱਧਾ ਕਰਦੇ ਇਹਨਾਂ ਨੂੰ, ਮਾਮੇ ਨੇ ਸਾਡੇ ਲਈ ਚੰਗਾ ਹੀ ਸੋਚੀ। ਐਵੇਂ ਨਹੀਂ ਕਹਿੰਦੇ। ਓਏ ਤੂੰ ਮੇਰੇ ਨਾਲ ਵਿਆਹ ਕਰਾਉਣਾ ਏ? ਉਹ ਮੇਰਾ ਤੇ ਕੋਈ ਇਰਾਦਾ ਨਹੀਂ ਸੀ ਜੀ। ਗੱਲ ਸੁਣ, ਹੈਂ ਗੱਲ ਸੁਣ, ਜਾ 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 ਸੁਣ ਲੈ ਭਾਈਆ। ਉਹ ਮਾਂ ਆਈ ਜੁੜੀ, ਜਾ ਜਾ ਆਈ ਕਰੋ, ਗੱਲ ਕਿਹੜੀ ਕਰਨੀ ਹੈ?
ਤੂੰ ਵਿਆਹ ਕਰਾਣਾ ਹੈ? ਉਹ ਲੱਗਦਾ ਸੈਲਫੀ ਲੈਣੀ ਹੈ ਤੇ ਇਹਦੇ ਅੱਗੇ ਕੈਮਰਾ ਤੇ ਲਾਓ। ਵੱਡਾ ਆਇਆ ਵਿਆਹ ਕਰਾਉਣ ਵਾਲਾ। ਓ ਤੇਰਾ ਖਾਣਾ ਖਰਾਬ ਆ ਬਾਬਾ। ਚੌਧਰੀ ਸਾਹਿਬ ਕਿੱਥੇ ਰਹਿ ਗਏ ਹੋ? ਮੈਨੂੰ ਆਪ ਜਾ ਕੇ ਲੈ ਕੇ ਆਣਾ ਪੈਣਾ ਹੈ। ਓ ਮਾਮਾ ਤੇਰਾ ਬੇੜਾ ਕਰਕ। ਓ ਮੇਰੀ ਹੱਡੀਆਂ ਤੁੜਵਾ ਦਿੱਤੀ ਆ। ਓਏ ਕੁੜੀਏ ਕੇ ਕੀ ਰੱਖੇ ਆਈ ਓ? ਓ ਭਾਈਆ ਓ ਮੈਂ ਕੋਈ ਨੀ ਵਿਆਹ ਵਿਊ ਕਰਾਣਾ। ਓ ਮੈਂ ਇੱਥੇ ਵਿਆਹ ਕਰਾਣਾ ਕਿ ਹੱਡੀਆਂ ਤੁੜਵਾਣੀ ਆ? ਓ ਕੋਈ ਗੱਲ ਨੀ, ਕੋਈ ਗੱਲ ਨੀ, ਕੀ ਹੋਇਆ ਫਿਰ? ਮੈਂ ਤਾਂ ਕਹਿੰਦਾ ਹੋਇਆ ਯਾਰ ਨਾ ਚਲੀਏ ਪਿੰਡ ਵਾਪਸ। ਨਾ ਨਾ ਮੈਂ ਨਹੀਂ, ਮੈਂ ਨਹੀਂ। ਚਲੋ 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 ਸਾਹਿਬ ਜਲਦੀ ਆਵੋ, ਆ ਕੇ ਵੇਖੋ ਇੱਥੇ ਕੀ ਹੋ ਗਿਆ। ਕੀ ਹੋ ਗਿਆ? ਮੇਰਾ ਪੁੱਤਰ ਲੱਕ ਫੜੇ, ਖੈਰ ਤੇ ਆ? ਕੀ ਹੋਈ? ਆ ਖੈਰ ਤੇ ਆ? ਓ ਮਾਮਾ ਤੇਰੀ ਕੁੜੀ ਨੇ ਮੈਨੂੰ ਓ ਮਾਰ ਮਾਰ ਕੇ ਮੇਰਾ ਧੂਕੜ ਤੇ ਗਿਆ। ਓ ਕੋਣੀ ਬੇਟਾ, ਕਦੀ ਕਦੀ ਤੈਨੂੰ ਪਤਾ ਉਹਨੂੰ ਐਵੇਂ ਛੋਟੇ ਜਿਹਾ ਦੌਰਾ ਪੈਂਦਾ, ਥੋੜਾ ਜਿਹਾ ਮਾਰ ਲਿਆ ਤੇ ਕੀ ਫਰਕ ਪਿਆ? ਓ ਗੱਲ ਸੁਣੋ ਪਾਤਾ ਮਾਮਾ, ਅੱਜ ਦੌਰਾ ਪੈਂਦਾ ਮੈਂ ਕੋਈ ਨੀ ਵਿਆਹ ਕਰਨਾ ਤੇਰੀ ਵੱਡੀ ਕੁੜੀ ਨਾਲ। ਨਹੀਂ ਹੁਣ ਤੂੰ ਮੁਕਰ ਨੀ ਸਕਦਾ, ਗੱਲ ਅੱਛੀ ਨੀ ਹੈਗੀ। ਗੱਲ ਸੁਣੋ ਕੁੜੀਏ, ਤੂੰ ਮੈਨੂੰ ਚੱਕਰਾਂ ਚ ਨਾ ਪਾ, ਇਹ ਮੇਰਾ ਆਖਰੀ ਫੈਸਲਾ ਹੀ, ਮੈਂ ਕੋਈ ਨੀ ਵਿਆਹ ਕਰਾਉਣਾ। ਤੂੰ ਇਹ ਗੱਲ ਕਹਿ ਕੇ ਮੁਕਰਨ ਡਿਆ? ਇੱਕ ਵਾਰੀ ਉਹ ਕਮਾਨ ਚੋਂ ਤੀਰ ਨਿਕਲ ਜਾ ਵਾਪਸ ਨਹੀਂ ਆਉਂਦਾ ਮੇਰਾ ਬੇਟਾ। ਤੇਰੇ ਮੂੰਹ ਚੋਂ ਗੱਲ ਨਿਕਲੀ, ਤੂੰ ਕਿਵੇਂ ਵਾਪਸ ਕਰਾਂਗੇ? ਸਾਰੇ ਤੀਰ ਨਿਕਲ ਗਏ ਮੇਰੇ ਲੱਗ ਚ ਵੱਜ ਗਏ ਨੀ। ਉਹ ਮਾਮਾ ਤੁਸੀਂ ਇੱਥੇ ਬਹਿਵੋ, ਇਹਨੂੰ ਵੀ ਕੋਲ ਬਿਠਾਵੋ ਤੇ ਇਹਨੂੰ ਸਮਝਾਵੋ। ਤੁਹਾਡੀ ਭੈਣ ਦੇ ਪੁੱਤਰ ਨੇ ਇਧਰ ਆ, ਮੇਰਾ ਪੁੱਤਰ ਇੱਥੇ ਆਪਣੀ ਥਾਂ ਤੇ। ਓ ਮਾਮਾ ਮਾਰ ਛੜੇ ਯਾਰ, ਬਹਿ ਜਾ ਮੇਰਾ ਪੁੱਤਰ, ਬਹਿ ਜਾ। ਓ ਕੋਈ ਇੱਟ ਗਰਮ ਕਰਾ, ਮਟਕੋਰ ਕਰ। ਮੈਂ ਤੈਨੂੰ ਕਰ ਦਿਆਂਗੀ ਤੇਰੀ, ਨਹੀਂ ਮੇਰਾ ਮਤਲਬ ਹੈ ਕਿ ਟਕੋਰ ਕਰ ਦਿਆਂਗੀ ਤੇਰੀ। ਹਾਂ ਤੂੰ ਇੱਧਰ ਆ, ਤੂੰ ਇੱਧਰ ਬਹਿ ਜਾ ਪੁੱਤਰ। ਚੱਲ 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 ਚੱਲ, ਤੂੰ ਇੱਥੇ ਬਹਿਣਾ। ਬਹਿ ਜਾ ਬਹਿ ਜਾ, ਦੇਖ ਮੇਰੀ ਗੱਲ ਇਹ ਵੀ, ਮੇਰਾ ਪੁੱਤਰ। ਓ ਮਾਮਾ ਗੱਲ ਸੁਣ ਮੇਰੀ, ਇਹ ਮੌਤ ਦਾ ਫਰਿਸ਼ਤੇ ਦਾ ਮੂੰਹ ਮੇਰੇ ਹੱਲ ਕਰਦਾ ਹੀ, ਉਹ ਚੰਗਾ ਭਲਾ ਮਰਨ ਡਿਆ ਮਰ ਜਾ ਹੀ। ਹਾਏ ਵੱਡਾ ਬੰਦਾ ਵੀ ਨਾ ਹੋਵੇ, ਐਵੇਂ ਖਾਮ ਖਾਦੀ ਗਲੇ ਵਿੱਚ ਪੈ ਜਾਂਦੀਆਂ ਨੇ, ਹਨਾ। ਲੇਕਿਨ ਮੇਰੀ ਗੱਲ ਸੁਣ, ਤੂੰ ਵੀ ਗੱਲ ਸੁਣ, ਇਹ ਦੱਸੋ ਕਿ ਤੁਸੀਂ ਵੱਡੀ ਨਾਲ ਰਿਸ਼ਤਾ ਨਹੀਂ ਕਰਨਾ ਚਾਹੀ? ਓ ਮੈਂ ਕੋਈ ਨਹੀਂ ਕਰਨਾ ਵੱਡੀ ਨਾਲ। ਤੂੰ ਤਾਂ ਵੱਡੀ ਨਾਲ ਕਰ ਲੇਗਾ ਨਾ? ਹੈ ਚੱਲ ਕੋਈ ਗੱਲ ਨਹੀਂ, ਨਹੀਂ ਨਹੀਂ ਮੈਂ ਨਹੀਂ, ਮੈਂ ਨਿੱਕੀ 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 ਨਾਲ ਕਰਨਾ। ਓ ਚੱਲ ਕੁੜੀਏ, ਇਹਦਾ ਤੇ ਵੱਡੀ ਨਾਲ ਨਹੀਂ ਬਣਦਾ, ਤੇਰਾ ਵੱਡੀ ਨਾਲ ਇਸ ਵਾਸਤੇ ਬਣਦਾ ਬੇਟਾ ਕਿ ਤੂੰ ਮੇਰੀ ਵੱਡੀ ਭੈਣ ਜਿਹੜੀ ਬਿਸ਼ਤਰ ਲੱਲਣ ਨੂੰ ਪਿਆਰੀ ਹੋ ਗਈ, ਉਹਦਾ ਵੱਡਾ ਪੁੱਤਰ ਹੈ ਤੇ ਤੂੰ ਮੇਰੀ ਵੱਡੀ ਧੀ ਨਾਲ ਰਿਸ਼ਤਾ ਕਰ ਮੇਰਾ ਬੱਚਾ। ਗੱਲ ਸੁਣਾ ਮਾਮਾ ਮੇਰੀ, ਆ ਮੈਂ ਇੱਥੇ ਲੈ ਕੇ ਆਵਾਂ ਜੰਜ, ਇਹ ਮੁੜ ਕੇ ਮੇਰਾ ਜਨਾਜ਼ਾ ਜਾਵੇਗਾ ਪਿੰਡ। ਆ ਮੈਂ ਕੋਈ ਨਹੀਂ ਕਰਨੀ, ਨਾਲੇ ਗੱਲ ਸੁਣ, ਇਹ ਹੱਥੀ ਖੁਦਕਸ਼ੀ ਕੋਈ ਨਹੀਂ ਕਰਦਾ, ਇਹ ਖੁਦਕਸ਼ੀ ਹਰਾਮ ਹੈ, ਮੈਂ ਕੋਈ ਨਹੀਂ ਕਰਨੀ। ਜਾ ਹੱਥੀ ਖੁਦਕੁਸ਼ੀ ਕੀ ਮਤਲਬ ਹੈ ਤੇਰਾ? ਮੈਂ ਵੱਡੀ ਨਾਲ ਕੋਈ ਨਹੀਂ ਵਿਆਹ ਕਰਨਾ, ਹਾਂ ਉਹ ਜੇ ਛੋਟੀ ਨਾਲ ਕਵੇ ਨਾ ਤਾਂ ਮੈਂ ਕਰ ਲਾਂਗਾ। ਓ ਨਾ ਨਾ ਨਾ, ਛੋਟੀ ਨਾਲ ਮੈਂ ਵਿਆਹ ਕਰਾਣਾ ਹੈ? ਇੰਜ ਕੀ ਮਾਮਾ ਕਰ ਦੇਗਾ ਤੂੰ? ਓ ਤੂੰ ਪੁੱਤਰ ਬਹਿ ਤੇ ਜਾ ਆਰਾਮ ਨਾਲ, ਥੱਲੇ ਬਹਿ, ਥੱਲੇ ਇੱਥੇ ਬਹਿ ਜਾ ਆਰਾਮ ਨਾਲ ਇੱਥੇ। ਮੈਂ ਤੇਰਾ ਵੱਡਾ ਭਰਾ, ਗੱਲ ਸੁਣ, ਜਿਵੇਂ ਮੈਂ ਕਹਿੰਦਾ ਉਂਝ ਕਰ। ਆ ਮਾਮਾ ਆ ਛੋਟੀ ਨਾਲ ਮੇਰਾ ਕਰਾ। ਹਾਏ ਕੀ ਜ਼ਮਾਨਾ ਆ ਗਿਆ। ਹਾਏ ਠਹਿਰ ਜਾ, ਠਹਿਰ ਜਾ, ਠਹਿਰ ਜਾ, ਠਹਿਰ ਜਾ ਕੁੜੀਏ, ਠਹਿਰ ਜਾ। ਲਓ ਵੀ ਮੇਰੇ ਬੱਚਿਓ ਗੱਲ ਸੁਣ, ਕੁੜੀਏ ਤੂੰ ਵੀ ਜ਼ਰਾ ਧਿਆਨ ਦੇ ਗੱਲ। ਲੁੱਬੇ ਲੁਬਾਬ ਇਹ ਵੇ ਕਿ ਤੁਸੀਂ ਦੋਵੇਂ ਮੇਰੀ ਛੋਟੀ ਧੀ ਨਾਲ ਵਿਆਹ ਕਰਨਾ ਚਾਹੁੰਦੇ ਹੋ? ਇੰਜੀ ਹੈ ਕਾਕਾ? ਲੇਕਿਨ ਮੇਰੀ ਇੱਕ ਸ਼ਰਤ ਹੈ। ਉਹ ਕਿਹੜੀ ਹੋ ਮਾਮਾ? ਜਿਹੜਾ ਤੁਹਾਡੇ ਦੋਵਾਂ ਚੋਂ ਮੇਰੀ ਇਹ ਸ਼ਰਤ ਪੂਰੀ ਕਰੇਗਾ ਉਹਦਾ ਵਿਆਹ ਮੈਂ ਆਪਣੀ ਨਿੱਕੀ ਕੁੜੀ ਨਾਲ ਕਰ ਦਿਆਂ। ਓ ਮਾਮਾ ਤੂੰ ਸ਼ਰਤ ਦੱਸ। ਕਾਵੇ ਕੋਨੀ ਸ਼ਰਤ ਇਹ ਵੇ ਕਾਕਾ ਕਿ ਤੁਸੀਂ ਪਹਿਲੇ ਜਾਓਗੇ ਮੇਰੀ ਵੱਡੀ ਧੀ ਦਾ ਰਿਸ਼ਤਾ ਲੱਭ ਕੇ ਲਿਆਓਗੇ। ਜਿਹੜਾ ਮੇਰੀ ਵੱਡੀ ਧੀ ਦਾ ਰਿਸ਼ਤਾ ਲੱਭ ਕੇ ਲੈ ਆਇਆ ਉਹਦਾ ਵਿਆਹ ਮੈਂ ਆਪਣੀ ਨਿੱਕੀ ਧੀ ਨਾਲ ਕਰ ਦਿਆਂਗਾ ਪੱਕਾ। ਅੱਛਾ ਮਾਮਾ, ਜਿਹੜਾ ਵੱਡੀ ਦਾ ਰਿਸ਼ਤਾ ਲੱਭ ਕੇ ਲਿਆਏਗਾ
ਉਹਦੇ ਨਾਲ ਤੂੰ ਕਰ ਦੇਗਾ ਨਿੱਕੀ ਦਾ। ਬਿਲਕੁਲ। ਲੈ ਫਿਰ ਮਾਮਾ ਮੈਂ ਆਇਆ ਹੁਣੀ। ਠੀਕ ਹੈ ਚੱਲਾ ਹੀ ਰਿਸ਼ਤਾ ਲੱਭਣ। ਠੀਕ ਹੈ। ਔਰ ਨਿੱਕਿਆ ਘੜੇ ਸੰਭਾਲ ਲਈ ਦੋ ਦਿਨ ਬਾਅਦ ਜਾਣਾ ਹੀ ਮਾਮੇ ਨੇ। ਲੈ ਬਈ ਪੁੱਤਰ ਤੂੰ ਇੱਥੇ ਬੈਠਾ ਕੀ ਕਰਨ ਡਿਆ? ਤੂੰ ਵੀ ਫਟਾਫਟ ਜਾ ਕੇ ਵੱਡੀ ਦਾ ਰਿਸ਼ਤਾ ਲੱਭ ਤਾਂ ਕਿ ਨਿੱਕੀ ਦਾ ਰਿਸ਼ਤਾ ਮੈਂ ਤੇਰੇ ਨਾਲ ਕਰ ਦਿਆਂ। ਮੈਂ ਕਿਹਾ ਸ਼ਾਬਾਸ਼ ਸ਼ਾਬਾਸ਼ ਨਿਕਲ ਦੀ ਲੋਟ ਤੇ ਕੱਢੀ ਤੇ ਪੈਰਾਂ ਤੇ ਤੂੰ ਰਿਸ਼ਤਾ ਲੱਭ ਕੇ ਲਿਆ। ਵਾਹ ਚੌਧਰੀ ਸਾਹਿਬ ਵਾਹ, ਮੈਂ ਇਹ ਨਹੀਂ ਤੁਹਾਨੂੰ ਪੁੱਠੀਆਂ ਸਿੱਧੀਆਂ ਸਕੀਮਾਂ ਦੱਸ ਰਹੀ ਸਾਂ, ਤੁਸੀਂ ਤੇ ਆਪ ਬਹੁਤ ਵੱਡੇ ਸਕੀਮਰ ਹੈਗੇ ਹੋ। ਓਏ ਚੱਲੀਏ, ਮੈਂ ਤੇ ਤੈਨੂੰ ਕਹਿਣਾ ਵਾ ਕਿ ਤੂੰ ਵਾਕਈ ਚੱਲੀ ਏ। ਵੇਖ ਕੈਸੀ ਤੇਰੀ ਸਕੀਮ ਫੇਲ ਹੋਈ ਤੇ ਮੇਰੀ ਸਕੀਮ ਦੋਵਾਂ ਦੀ ਸੂਰਤ ਸਕੀਮ ਮੋੜ ਤੇ ਟੁਰ ਗਈ। ਹੁਣ ਨਿੱਕੀ ਦੇ ਚੱਕਰ ਚ ਵੱਡੀ ਦਾ ਰਿਸ਼ਤਾ ਲੱਭ ਕੇ ਲਿਆਣ ਹੀ ਲਿਆਣ। ਇੱਥੇ ਹੀ ਬਣਦਾ ਈ ਕੀ ਭਲਾ ਜੰਜ ਟੁਰ ਪਈ ਬਾਹ ਚ ਨਾ।